ਤਾਂ ਗੁੱਗੂ ਗੱਲ ਦਾ ਪਿੰਡ ਹੈ ਜੀ ਮਾਣੀ ਖੇੜਾ। 10 ਸਾਲ ਗੁੱਗੂ ਗੱਲ ਦੇ ਪਰਿਵਾਰ ਨੇ ਸਰਪੰਚੀ ਕੀਤੀ ਹੈ। ਪੁੱਤ 5 ਸਾਲ ਸਰਪੰਚ ਰਿਹਾ ਤੇ ਉਹਨਾਂ ਦੇ ਘਰੋਂ ਉਹਨਾਂ ਦੀ ਪਤਨੀ ਵੀ 5 ਸਾਲ ਸਰਪੰਚ ਰਹੀ ਆ। ਸਤਿਕਾਰ ਤਾਂ ਅਸੀਂ ਉਹਨੂੰ ਜੀ ਉਹਦੇ ਰੁਤਬੇ ਨਾਲ ਹੀ ਅਸੀਂ ਮਤਲਬ ਉਹਨਾਂ ਹੀ ਦਿੰਦੇ ਹਾਂ ਜੀ। ਵੈਸੇ ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਵੀ ਇਹ ਸਟਾਰ ਨੇ ਜੀ। ਵੈਸੇ ਉਹ ਸਿਆਸਤ 'ਚ ਹਿੱਸਾ ਨਹੀਂ ਲੈਂਦੇ ਕਿ ਗਿੱਲ ਸਾਹਿਬ, ਸਾਨੂੰ ਤਾਂ ਜੀ ਜਿਵੇਂ ਪਿੰਡ ਵਾਲੇ ਦੂਜੇ ਬੰਦਿਆਂ ਨੂੰ ਮਿਲਦੇ ਹਾਂ ਅਸੀਂ ਜੀ, ਉਵੇਂ ਉਹਨਾਂ ਨੂੰ ਮਿਲਦੇ ਹਾਂ ਜੀ। ਨੇ ਕੋਈ ਪਾਰਟੀਬਾਜ਼ੀ ਨਹੀਂ ਸਮਝੀ, ਕਦੇ ਕੋਈ ਸ਼ਰੀਕਾ ਨਹੀਂ ਸਮਝਿਆ ਜੀ। ਉਹ ਹਰ ਪਰਿਵਾਰ ਦੇ ਦੁੱਖ ਦੇ ਸੁੱਖ ਦੇ ਆਉਂਦੇ। ਨਹੀਂ ਮੈਂ ਤਾਂ ਨਾੜੀਆਂ ਦੇ ਰਿਹਾ ਗੁੱਗੂ ਗੱਲ ਦੇ, ਬਹੁਤ ਵਧੀਆ ਬੰਦਾ ਜੀ। ਨਹੀਂ ਜੀ, ਸਾਡੇ ਪਿੰਡ ਦਾ ਮਾਹੌਲ ਸ਼ੁਰੂ ਤੋਂ ਬੜਾ ਚੰਗਾ, ਸ਼ੁਰੂ 'ਚ ਬਹੁਤ ਚੰਗਾ, ਕੋਈ ਐਡਾ ਲੜਾਈ ਭੜਾਈ ਦਾ ਕੰਮ ਨਹੀਂ। ਸਾਰੇ ਪਿੰਡ ਦਾ ਤੁਸੀਂ ਗੇੜਾ ਕੱਢ ਲਓ, ਇੱਕ ਵੀ ਬੰਦਾ ਗਿੱਲ ਸਾਹਿਬ ਨੂੰ ਕੋਈ ਗਲਤ ਕਹਿ ਜੇ ਤੇ ਅਸੀਂ ਦੇਣਦਾਰ ਹਾਂ ਜੀ। ਵੀ ਸਾਰੇ ਉਹਨਾਂ ਦਾ ਮਤਲਬ ਮਾਣ ਸਤਿਕਾਰ ਕਰੋ, ਉਹਨਾਂ ਨੇ ਕੰਮ ਹੀ ਸਹੀ ਕੀਤੇ ਜੀ। ਨਿਊਜ਼ 18 ਦਾ ਕਾਰਵਾਂ ਪੇਚਾ ਪੰਚਾਇਤਾਂ ਦਾ ਲੈ ਕੇ ਇਸ ਵੇਲੇ ਪਹੁੰਚਿਆ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਣੀ ਖੇੜਾ ਦੇ ਵਿੱਚ। ਮਾਣੀ ਖੇੜਾ ਦਾ ਨਾਮ ਜਦੋਂ ਲਿਆ ਜਾਂਦਾ ਤਾਂ ਸਭ ਦੇ ਜ਼ਹਿਨ ਦੇ ਵਿੱਚ ਇੱਕ ਨਾਮ ਆ ਜਾਂਦਾ, ਜਿਸ ਨਾਮ ਦੇ ਨਾਲ ਇਸ ਪਿੰਡ ਨੂੰ ਵੱਡੀ ਪਹਿਚਾਣ ਮਿਲੀ। ਜੀ ਹਾਂ, ਗੁੱਗੂ ਗਿੱਲ। ਤਾਂ ਗੁੱਗੂ ਗਿੱਲ ਦਾ ਪਿੰਡ ਹੈ ਜੀ ਮਾਣੀ ਖੇੜਾ। ਤਾਂ ਗੁੱਗੂ ਗਿੱਲ ਦਾ ਇਹ ਪਿੰਡ ਸਿਰਫ ਕਹਿਣ ਨੂੰ ਹੀ ਨਹੀਂ, ਗੁੱਗੂ ਗਿੱਲ ਦਾ ਪਰਿਵਾਰ, ਗੁੱਗੂ ਗਿੱਲ ਖੁਦ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਅੱਜ ਵੀ। ਬੇਸ਼ੱਕ ਅਨੇਕਾਂ ਫਿਲਮਾਂ ਕਰ ਲਈਆਂ, ਵੱਡਾ ਅਦਾਕਾਰ ਬਣ ਗਏ, ਪਰ ਪਿੰਡ ਦੇ ਨਾਲ ਉਹਨਾਂ ਦਾ ਨਾਤਾ ਇਸ ਕਦਰ ਹੈ ਕਿ ਪਿੰਡ ਦੇ ਵਿੱਚ ਉਹਨਾਂ ਦੀ ਰਹਿਸ਼ ਹੈ। ਔਰ ਹੁਣ ਗੱਲ ਸਿਆਸਤ ਦੀ ਚੱਲ ਰਹੀ ਹੈ, ਸਿਆਸਤ ਦੀ ਚੱਲ ਰਹੀ ਹੈ ਤਾਂ ਇੱਥੇ ਵੀ ਗੁੱਗੂ ਗਿੱਲ ਦੇ ਪਰਿਵਾਰ ਦਾ ਜ਼ਿਕਰ ਜ਼ਰੂਰ ਹੋਏਗਾ, ਕਿਉਂਕਿ 10 ਸਾਲ ਗੁੱਗੂ ਗਿੱਲ ਦੇ ਪਰਿਵਾਰ ਨੇ ਸਰਪੰਚੀ ਕੀਤੀ ਹੈ। ਉਹਨਾਂ ਦਾ ਪੁੱਤ 5 ਸਾਲ ਸਰਪੰਚ ਰਿਹਾ ਅਤੇ ਉਹਨਾਂ ਦੇ ਘਰੋਂ ਉਹਨਾਂ ਦੀ ਪਤਨੀ ਵੀ 5 ਸਾਲ ਸਰਪੰਚ ਰਹੀ ਆ। ਖੈਰ, ਹੁਣ ਇਹ ਪਿੰਡ ਰਿਜ਼ਰਵ ਹੋ ਚੁੱਕਿਆ ਅਤੇ ਸਰਪੰਚੀ ਦੀਆਂ ਵੋਟਾਂ ਫਿਰ ਆ ਗਈਆਂ ਨੇ। ਪਿੰਡ ਦੇ ਲੋਕ ਇੱਥੇ ਮੌਜੂਦ ਨੇ, ਬੱਸ ਅੱਡੇ 'ਤੇ ਅਸੀਂ ਮੌਜੂਦ ਹਾਂ ਮਾਣੀ ਖੇੜੇ ਦੇ। ਤਾਂ ਬਾਈ ਜੀ ਹੋਰਾਂ ਨਾਲ ਪਹਿਲਾਂ ਸ਼ੁਰੂਆਤ ਕਰਦੇ ਹਾਂ। ਬਾਈ ਜੀ, ਮਾਣੀ ਖੇੜਾ ਖੜੇ ਹੋ ਜਾਓ ਕੋਈ, ਮਾਣੀ ਖੇੜਾ ਪਿੰਡ ਜਦੋਂ ਜ਼ਿਕਰ ਆਉਂਦਾ ਤਾਂ ਗੁੱਗੂ ਗਿੱਲ ਹੋਰਾਂ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ। ਬੜੀ ਖੁਸ਼ੀ ਵਾਲੀ ਗੱਲ ਹੈ ਜੀ, ਇਸ ਤੋਂ ਵੱਡੀ ਹੋਰ ਸਾਨੂੰ ਖੁਸ਼ੀ ਕੀ ਹੋ ਸਕਦੀ ਹੈ ਜੀ। ਗਿੱਲ ਸਾਹਿਬ ਦਾ ਸਾਡਾ ਵੈਸੇ ਸਾਰੇ ਜਿੱਥੇ ਵੀ ਪੰਜਾਬੀ ਬੈਠੇ ਆ ਬਹੁਤ ਮਾਣ ਸਤਿਕਾਰ ਦਿੰਦੇ ਆ ਜੀ ਹਰ ਪੰਜਾਬੀ ਜੀ, ਅਤੇ ਸਾਡੇ ਪਿੰਡ ਦਾ ਤਾਂ ਸਾਨੂੰ ਜੀ ਦੇਣਾ ਹੀ ਦੇਣਾ ਜੀ ਸਾਡੇ ਪਿੰਡ ਦੇ ਆ ਜੀ। ਵੀ ਇੱਡੇ ਵਧੀਆ ਇਨਸਾਨ ਆ ਜੀ, ਵੀ ਅਸੀਂ ਸ਼ਬਦਾਂ 'ਚ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਜੀ। ਵੈਸੇ ਉਹ ਸਿਆਸਤ 'ਚ ਹਿੱਸਾ ਨਹੀਂ ਲੈਂਦੇ ਕਿ ਗਿੱਲ ਸਾਹਿਬ, ਕਦੇ ਵੀ ਉਹਨਾਂ ਨੇ ਸਿਆਸਤ ਦੇ ਵਿੱਚ ਹਿੱਸਾ ਨਹੀਂ ਲਿਆ ਗਾ, ਪਰ ਸਾਡੇ ਲੋਕ ਮਾਣ ਸਤਿਕਾਰ ਹੀ ਉਹਨਾਂ ਨੂੰ ਸਾਰਾ ਨਗਰ ਇੰਨਾ ਦਿੰਦਾ। ਪਹਿਲਾਂ ਉਹਨਾਂ ਦੇ ਦਾਦਾ ਜੀ ਫਾਦਰ ਸਾਹਿਬ ਸਰਪੰਚ ਰਹੇ 2-3 ਪਲਾਨ, ਫਿਰ ਉਹਨਾਂ ਦੇ ਵੱਡੇ ਭਰਾ ਸਰਦਾਰ ਭੁਪਿੰਦਰ ਸਿੰਘ ਗਿੱਲ, ਉਸ ਤੋਂ ਬਾਅਦ ਉਹਨਾਂ ਦੇ ਵਾਈਫ, ਫਿਰ ਉਹਨਾਂ ਦਾ ਬੇਟਾ, ਸ਼ੁਰੂ ਤੋਂ ਸਰਪੰਚੀ ਉਹਨਾਂ ਕੋਲ ਹੀ ਹੈ। ਘਰ 'ਚ 4 ਜੀ ਸਰਪੰਚ ਬਣ ਚੁੱਕੇ ਆ, ਬਣ ਚੁੱਕੇ ਇਸ ਤੋਂ ਪਹਿਲਾਂ ਜੀ। ਅਤੇ ਐਤਕੀ ਸਾਡੀ ਜਿਵੇਂ ਰਿਜ਼ਰਵ ਸੀਟ ਆ ਜੀ, ਉਹ ਕੋਈ ਸਾਡੇ ਇਲੈਕਸ਼ਨ ਵਾਲੀ ਗੱਲ ਹੈਣੀਗੀ ਜੀ, ਉਹ ਵੀ ਸਰਬਸੰਮਤੀ ਸਾਨੂੰ ਬੜੀ ਉਮੀਦ ਆ ਜੀ ਹੋ ਜੂਗੀ ਜੀ। ਅੱਛਾ, ਗੁੱਗੂ ਗਿੱਲ ਹੋਰਾਂ ਨੂੰ
ਲੈ ਕੇ ਪਿੰਡ ਦੇ ਵਿੱਚ ਉਹਨਾਂ ਦਾ ਵਿਹਾਰ ਕਿਹੋ ਜਿਹਾ, ਹਾਲਾਂਕਿ ਜਿਹੜੇ ਪਰਿਵਾਰ ਦੇ ਚਾਰ ਮੈਂਬਰ ਸਰਪੰਚ ਬਣ ਗਏ ਹੋਣ ਵਿਹਾਰ ਕਿਹੋ ਜਿਹਾ ਹੋਏਗਾ ਅੰਦਾਜ਼ਾ ਲਾਉਣਾ ਸੌਖਾ, ਪਰ ਫਿਰ ਵੀ ਲੋਕਾਂ ਦੇ ਨਾਲ ਮਿਲਦੇ ਜੁਲਦੇ, ਕਿਉਂਕਿ ਫਿਲਮਾਂ ਦੇ ਵਿੱਚ ਜਾਂ ਇੰਟਰਵਿਊ ਦੇ ਵਿੱਚ ਲੋਕ ਉਹਨਾਂ ਨੂੰ ਦੇਖਦੇ ਆ, ਉਹਨਾਂ ਦਾ ਸੁਭਾਅ ਉਹ ਬੜੇ ਸਹਿਜ ਸੁਭਾਅ ਵਾਲੇ ਲੱਗਦੇ ਆ, ਅਸਲ ਦੇ ਵਿੱਚ ਪਿੰਡ ਦੇ ਵਿੱਚ ਕਿਹੋ ਜਿਹਾ ਵਤੀਰਾ ਉਹਨਾਂ ਦਾ? ਬਹੁਤ ਵਧੀਆ ਜੀ, ਪਿੰਡ ਦੇ ਵਿੱਚ ਤਾਂ ਕੋਈ ਉਹਨਾਂ ਨਾਲ ਲੋਕਾਂ ਨੂੰ, ਚਲੋ ਜੀ ਹੋਰ ਤਰੀਕੇ ਨਾਲ ਕੋਈ ਐਕਟਰ ਬੰਦੇ ਹੋਰ ਹਿਸਾਬ ਨਾਲ ਮਿਲਦੇ ਆ, ਸਾਨੂੰ ਤਾਂ ਜੀ ਜਿਵੇਂ ਪਿੰਡ ਵਾਲੇ ਦੂਜੇ ਬੰਦਿਆਂ ਨੂੰ ਮਿਲਦੇ ਆ ਅਸੀਂ ਜੀ ਉਵੇਂ ਉਹਨਾਂ ਨੂੰ ਮਿਲਦੇ ਆ ਜੀ। ਜਦੋਂ ਗਲੀ 'ਚ ਕਿਤੇ ਲੰਘਦੇ ਟੱਪਦੇ ਮਿਲ ਜਾਂਦੇ ਆ ਜਾਂ ਪਿੰਡ 'ਚ ਆਉਂਦੇ ਆ ਤਾਂ ਉਦੋਂ ਲੱਗਦਾ ਵੀ ਕੋਈ ਸਟਾਰ ਆ ਰਿਹਾ ਕਿ ਜਿਹੇ ਜਿਹਾ ਗੁੱਗੂ ਗਿੱਲ ਪਹਿਲਾਂ ਪਿੰਡ 'ਚ ਸੀ ਉਹੋ ਜਿਹਾ ਮਿਲਦਾ? ਨਹੀਂ ਸਤਿਕਾਰ ਤਾਂ ਅਸੀਂ ਉਹਨੂੰ ਜੀ ਉਹਦੇ ਰੁਤਬੇ ਨਾਲ ਹੀ ਅਸੀਂ ਮਤਲਬ ਉਹਨਾਂ ਹੀ ਦਿੰਦੇ ਹਾਂ ਜੀ, ਵੈਸੇ ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਵੀ ਇਹ ਸਟਾਰ ਨੇ ਜੀ। ਤੇ ਉਹ ਪਿੰਡ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਦੁੱਖ ਦੇ ਸੁੱਖ ਦੇ ਹਰਕ ਦੇ ਬਾਈ ਜੀ ਆਉਂਦੇ ਆ ਜੀ, ਉਹਨਾਂ ਨੇ ਕੋਈ ਪਾਰਟੀਬਾਜ਼ੀ ਨਹੀਂ ਸਮਝੀ, ਕਦੇ ਕੋਈ ਸ਼ਰੀਕਾ ਨਹੀਂ ਸਮਝਿਆ ਜੀ, ਉਹ ਹਰ ਪਰਿਵਾਰ ਦੇ ਦੁੱਖ ਦੇ ਸੁੱਖ ਦੇ ਆਉਂਦੇ ਆ ਜੀ। ਤਾਂ ਜਦੋਂ ਪਿੰਡ ਨੂੰ ਪਹਿਚਾਣ, ਪਿੰਡ ਦੇ ਇੱਕ ਬੈਠੇ ਰੋਕੇ ਨਹੀਂ, ਜਦੋਂ ਪਿੰਡ ਦੇ ਇੱਕ ਚਿਹਰੇ ਦੇ ਨਾਲ ਇੱਕ ਸ਼ਖਸ ਦੇ ਨਾਲ ਪਿੰਡ ਦਾ ਨਾਂ ਦੁਨੀਆਂ ਭਰ ਦੇ ਵਿੱਚ ਜਾਣਿਆ ਜਾਣ ਲੱਗੇ, ਮਹਿਸੂਸ ਕਿਹੋ ਜਿਹਾ ਹੁੰਦਾ? ਬਹੁਤ ਵਧੀਆ ਮਹਿਸੂਸ ਹੁੰਦਾ ਜੀ, ਗਰਵ ਹੁੰਦਾ ਆਪਦੇ ਆਪ 'ਤੇ ਵੀ ਅਸੀਂ ਉਸ ਪਿੰਡ ਦੇ ਵਸਨੀਕ ਹਾਂ, ਮੰਨ ਕੇ ਚੱਲੋ ਵੀ ਜਿੱਥੇ ਐਡੀ ਵੱਡੀ ਸ਼ਖਸੀਅਤ ਨੇ ਜਨਮ ਲਿਆ ਜੀ। ਅੱਛਾ, ਜਦੋਂ ਤੁਸੀਂ ਜਾਂਦੇ ਹਾਂ ਕਿਤੇ ਬਾਹਰ ਜਦੋਂ ਦੱਸਦੇ ਹਾਂ ਮਾਣੀ ਖੇੜੋਂ ਆਏ ਹਾਂ ਜੀ ਗੁੱਗੂ ਗੱਲ ਦੇ ਪਿੰਡੋਂ, ਤਾਂ ਫਿਰ ਸਾਹਮਣੇ ਵਾਲਾ ਫਿਰ ਕਿਵੇਂ ਜੇ ਦੇਖਦਾ? ਉਹ ਵੀ ਇੱਕ ਹੀਰੋ ਤੌਰ ਤੇ ਵੇਖਦਾ ਜੀ ਵੀ ਹੀਰੋ ਦੇ ਪਿੰਡ ਤੋਂ ਆਏ ਆ ਜੀ, ਤੇ ਚਾਵਾਂ ਨਾਲ ਬਹੁਤ ਗੱਲਾਂ ਪੁੱਛਦਾ ਜੀ ਇਹਨਾਂ ਦੀਆਂ, ਤੇ ਅਸੀਂ ਵੀ ਬਹੁਤ ਮਾਣ ਨਾਲ ਖੁਸ਼ੀ ਨਾਲ ਦੱਸਦੇ ਹਾਂ ਜੀ। ਅੱਛਾ, ਹੁਣ ਆਪਾਂ ਗੱਲ ਵੋਟਾਂ ਦੀ ਕਰਨੀ ਹੈ, ਸਰਪੰਚੀ ਚੋਣਾਂ ਦਾ ਬਿਗਲ ਵੱਜ ਗਿਆ, ਕੀ ਮਾਹੌਲ ਹੈ, ਮੁੱਦੇ ਕਿਹੜੇ ਆ ਪਿੰਡ ਦੇ ਜਿਨ੍ਹਾਂ ਦੇ ਆਲੇ ਦੁਆਲੇ ਹੁਣ ਇੱਥੋਂ ਦੀ ਸਿਆਸਤ ਘੁੰਮਦੀ ਹੈ? ਮਾਹੌਲ ਤਾਂ ਠੀਕ ਹੈ ਜੀ, ਬਹੁਤ ਵਧੀਆ, ਤੇ ਕੋਈ ਖਾਸ ਮੁੱਦਾ ਨਹੀਂ, ਬਾਕੀ ਸਾਡੇ ਪਿੰਡ ਤਾਂ ਤਕਰੀਬਨ ਠੀਕ ਹੈ ਜੀ, ਵੀ ਭਾਈਚਾਰਕ ਸਾਂਝ ਆ, ਕੋਈ ਉਹ ਐਡੀ ਕੋਈ ਵੋਟਾਂ ਵਾਲੀ ਗੱਲ ਹੈ ਨਹੀਂ ਗੀ ਜੀ। ਅੱਛਾ ਬਾਈ ਜੀ, ਕੀ ਲੱਗਦਾ, ਵੈਸੇ ਕੋਈ ਗੱਲ ਨਹੀਂ ਗਾਹ ਇਸ਼ਾਰਾ ਕਰਨਾ, ਅੱਛਾ ਕੀ ਲੱਗਦਾ ਵੀ ਇੱਕ ਸਰਪੰਚੀ ਦੀ ਸਿਆਸਤ ਕਿੱਦਾਂ ਦੀ ਹੋਣੀ ਚਾਹੀਦੀ ਆ, ਕਿਉਂਕਿ ਸਰਪੰਚ ਤਾਂ ਪਿੰਡ ਦਾ ਸਾਂਝਾ ਚੁਣਿਆ ਜਾਣਾ ਹੁੰਦਾ, ਸਾਰੇ ਪਿੰਡ ਦੇ ਉਹਨੇ ਜ਼ਿੰਮੇਵਾਰੀ ਸਾਂਭਣੀ ਹੈ, ਪਰ ਉਹ ਥੱਲੇ ਕਿਤੇ ਨਾ ਕਿਤੇ ਜਿਹੜੀਆਂ ਪਾਰਟੀਬਾਜ਼ੀ ਵਾਲਾ ਪੰਗਾ ਪੈ ਜਾਂਦਾ, ਤਾਂ ਕੀ ਲੱਗਦਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ? ਕਿਸੇ ਨਾਲ ਪੱਖਪਾਤ ਨਾ ਰੱਖਦਾ ਹੋਵੇ ਜੀ, ਹਰ ਕਿਸੇ ਨਾਲ ਮੰਨ ਲਓ ਵਧੀਆ ਉਹਦੇ ਸੰਬੰਧ ਹੋਣ, ਬਸ ਹਰ ਕੰਮ ਮੰਨ ਲਓ ਕਿ ਵਧੀਆ ਤਰੀਕੇ ਨਾਲ ਕਰਦਾ ਹੋਵੇ, ਹਰ ਕਿਸੇ ਦਾ ਸਾਥ ਦਿੰਦਾ ਰਹੀ ਵਧੀਆ। ਸਰਪੰਚ ਸਾਰੇ ਪਿੰਡ ਦਾ ਤਾਂ ਸਾਂਝਾ ਹੀ ਹੋਣਾ ਚਾਹੀਦਾ, ਤਾਂ ਚਾਹੀਦਾ ਸਾਂਝਾ ਨੌਜਵਾਨ ਵੀਰ ਬੈਠੇ ਆ, ਵੀਰ ਇੱਕ ਨੌਜਵਾਨ ਦੀ ਸੋਚ ਕੀ ਕਹਿੰਦੀ ਆ, ਕਿਉਂਕਿ ਸਰਪੰਚੀ ਚੋਣਾਂ, ਕਿਉਂਕਿ ਜਿਹੜੇ ਕਈ ਬਜ਼ੁਰਗ ਵੀ ਦੱਸਦੇ ਆ ਉਹਦੇ ਦੌਰ ਬੜਾ ਬਦਲ ਗਿਆ, ਇੱਕ ਜ਼ਮਾਨਾ ਹੋਰ ਸੀ, ਉਹ ਕਹਿੰਦੇ ਉਦੋਂ ਜ਼ਮਾਨਾ ਦੇ ਸੌਦੇ ਹੁੰਦੇ ਸੀ, ਕਹਿੰਦੇ ਅੱਜ ਕੱਲ੍ਹ ਸਿਆਸਤ ਵੀ ਬਦਲ ਗਈ, ਲੋਕ ਵੀ ਬਦਲ ਗਏ, ਸਰਪੰਚ ਵੀ ਬਦਲ ਗਏ, ਪੰਚ ਵੀ ਬਦਲ ਗਏ, ਕੀ ਲੱਗਦਾ ਪਹਿਲਾਂ ਵਾਲੀ ਸਿਆਸਤ ਠੀਕ ਸੀ ਕਿ ਹੁਣ ਵਾਲੀ ਸਿਆਸਤ ਠੀਕ ਹੈ? ਨਹੀਂ ਦੇਖੋ ਜੀ, ਦਿਨੋ ਦਿਨ ਸਰਪੰਚੀ ਇਲੈਕਸ਼ਨ ਜਿਵੇਂ ਚੱਲ ਰਹੇ ਆ, ਦਿਨੋ ਦਿਨ ਬਦਲਾਅ ਤਾਂ ਆ ਰਿਹਾ, ਚਲੋ ਸੋਚ ਬਦਲਦੀ ਹੈ, ਬਜ਼ੁਰਗਾਂ ਦੀ ਸੋਚ ਅਲੱਗ ਸੀ, ਨੌਜਵਾਨ ਪੀੜ੍ਹੀ ਆ ਗਈ ਹੈ, ਹੁਣ ਸੋਚ ਅਲੱਗ ਹੈ, ਅਤੇ ਮੈਂ ਇੱਕ ਨੌਜਵਾਨ ਹੋਣ ਦੇ ਨਾਤੇ ਇਹੀ ਕਹੂੰਗਾ ਕਿ ਜਿਹੜੀ ਸਰਪੰਚ ਜੋ ਹੈ ਉਹ ਇੱਕ ਐਵੇਂ ਦਾ ਹੋਣਾ ਚਾਹੀਦਾ, ਇੱਕ ਆਈਡੀਅਲ ਹੋਣਾ ਚਾਹੀਦਾ, ਨੌਜਵਾਨ ਦੇਖ ਕੇ ਆਖਣ ਵੀ ਬਿਲਕੁਲ ਜੀ ਐਵੇਂ ਦਾ ਇੱਕ ਸਰਪੰਚ ਹੋਵੇ ਜੋ ਚੰਗੇ ਕੰਮ ਕਰੇ, ਜੋ ਪੜ੍ਹਾਈ ਨੂੰ ਐਜੂਕੇਸ਼ਨ ਨੂੰ ਪਹਿਲੇ ਨੰਬਰ 'ਤੇ ਰੱਖੇ, ਬਾਕੀ ਵਿਕਾਸ ਜੋ ਤਾਂ ਹੋਣਾ ਹੀ ਹੋਣਾ, ਜੋ ਐਜੂਕੇਸ਼ਨ ਹੈ ਜਿਵੇਂ ਸਕੂਲ ਦਾ ਕੰਮ ਹੋ ਗਿਆ, ਸਕੂਲ ਦੇ ਵਿੱਚ ਪੁੱਛੇ ਵੀ ਕੀ ਦਿੱਕਤਾਂ ਆ ਰਹੀਆਂ, ਟੀਚਰਾਂ ਨਾਲ ਮੀਟਿੰਗਾਂ ਰੱਖੇ, ਅਤੇ ਬਾਕੀ ਹੋਰ ਪਿੰਡ ਦੇ ਮੋਹਤਵਾਰ ਬੰਦਿਆਂ ਨਾਲ ਮੀਟਿੰਗਾਂ ਕਰਕੇ ਪਿੰਡ ਦੇ ਭਲੇ ਲਈ ਜੋ ਹੋ ਸਕਦਾ ਵੱਧ ਤੋਂ ਵੱਧ ਕੋਸ਼ਿਸ਼ ਇਹੀ ਹੋਵੇ ਕਿ ਉਹੀ ਕਰੇ। ਅੱਛਾ ਬਾਪੂ ਜੀ, ਜਦੋਂ ਬਾਹਰ ਜਾ ਕੇ ਕਿਤੇ ਦੱਸਦੇ ਆ ਵੀ ਗੂਗਲ ਦੇ ਪਿੰਡੋਂ ਆਏ ਆ, ਤਾਂ ਕੰਮ ਕੁੰਮ ਹੋ ਜਾਂਦੇ ਕਿਸੇ ਥਾਣੇ ਦਰਬਾਰੇ ਜਾ ਕੇ ਨਾਂ ਲੈਣਾ ਹੋਵੇ ਤਾਂ? ਨਹੀਂ, ਮੈਂ ਤਾਂ ਨਾਲ ਹੀ ਜਾਂਦੇ ਰਿਹਾ ਗੂਗਲ ਦੇ, ਬਹੁਤ ਵਧੀਆ ਬੰਦਾ ਜੀ। ਅੱਛਾ, ਕੰਮ ਕੁੰਮ ਜੇ ਕਿਤੇ ਜਾ ਕੇ ਕਰਾਉਣੇ ਨਾਲੇ ਤਾਂ ਹੋ ਜਾਂਦਾ? ਹੋ ਜਾਂਦਾ ਜੀ, ਬੰਦੇ ਹੀ ਵਧੀਆ ਜੀ।
ਘੋੜੀ ਘਾੜੀ ਲੈ ਕੇ ਫਿਰ ਵਜਾਉਂਦਾ ਰਹਿੰਦਾ ਬੜਾ ਮੋੜ। ਵੀਰ ਕੁਛ ਕਹਿਣਾ ਚਾਹੁੰਦੇ? ਹਾਂਜੀ, ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਮੈਂ ਚਲੋ ਕਿਤੇ ਵੀ ਬਾਹਰ ਕਿਤੇ ਵੀ ਜਾਂਦੇ ਹਾਂ ਤਾਂ ਜੋ ਕੋਈ ਪੁੱਛਦਾ ਹੀ ਆ ਵੀ ਕਿਹੜਾ ਪਿੰਡ ਆ ਬਾਈ, ਤਾਂ ਦੱਸੀਦਾ ਪਿੰਡ ਮਾਣੀ ਖੇੜਾ, ਆਪਦੇ ਮੂੰਹ ਨੇ ਅਸੀਂ ਬੋਲਦੇ ਵੀ ਤਾਂ ਅਗਲੇ ਦਾ ਸੋਚ ਕੇ ਦੋ ਮਿੰਟ ਅਗਲਾ ਉਹ ਤਾਂ ਗੂਗਲ ਦਾ ਪਿੰਡ ਨੇ, ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜੀ। ਮਾਣੀ ਖੇੜੇ ਦਾ ਨਾਂ ਜੇ ਸਾਰੇ ਪੰਜਾਬ ਚ ਕੀ ਹਰਿਆਣਾ ਵੀ ਨੇੜੇ ਤੇੜੇ ਬਹੁਤ ਚਮਕਾਇਆ ਗੁਰੂਗੋਬਿੰਦ ਸਾਹਿਬ ਨੇ। ਤਾਂ ਵਾਕਈ ਮਾਣੀ ਖੇੜੇ ਨੂੰ ਹਰ ਕੋਈ ਜਾਣਦਾ ਅੱਜ ਕੱਲ, ਤਾਂ ਬਾਈ ਜੀ ਆਜੋ ਗਾਣੂ ਆਜੋ। ਅੱਛਾ ਬਾਈ ਜੀ, ਕੀ ਲੱਗਦਾ ਕਿ ਪਿੰਡ ਦੇ ਕੰਮ ਕੁੰਮ ਕਿਹੜੇ ਜਿਹੜੇ ਅਜੇ ਹੋਣ ਵਾਲੇ ਤੁਹਾਨੂੰ ਲੱਗਦਾ ਵੀ ਆਹ ਹੋਣੇ ਚਾਹੀਦੇ ਸੀ, ਜਾਂ ਜਿਹੜਾ ਸਰਪੰਚ ਚੁਣਨਾ ਉਹਨੂੰ ਕਹਿਣਾ ਵੀ ਭਾਈ ਆਹ ਕੰਮ ਕਰਾਉਣੇ ਪੈਣੇ ਆ ਰਹਿੰਦੇ ਆ? ਮੈਨੂੰ ਹੀ ਚੁਣਿਆ ਜੀ ਸਰਪੰਚ। ਅੱਛਾ ਲੈ, ਇਹੀ ਸਰਪੰਚੀ ਦਾ ਉਮੀਦਵਾਰ ਆ, ਅਜੇ ਚੁਣਨਾ ਕੋਈ ਨੀ, ਤਾਂ ਇਹਨਾਂ ਨੇ ਆਪ ਦੇ ਵੱਲੋਂ ਚੁਣਿਆ। ਅੱਛਾ ਸਰਪੰਚ ਬਣ ਗਿਆ ਤਾਂ ਫਿਰ ਕੰਮ ਕੁੰਮ ਕਿਹੋ ਜਿਹੇ ਕਰੋਗੇ? ਬਹੁਤ ਵਧੀਆ ਕੰਮ ਕਰਾਂਗੇ, ਜੋ ਵੀ ਆ ਪੜ੍ਹਾਈ ਦੇ ਬਾਰੇ, ਸਫਾਈ ਬਾਰੇ, ਸਾਰੇ ਅਸੀਂ ਕਿਸੇ ਗੱਲ ਦੀ ਕਮੀ ਨਹੀਂ ਛੱਡਾਂਗੇ ਜੀ। ਜੇ ਮੰਨ ਲਓ ਦੂਜੀ ਪਾਰਟੀ ਵਾਲਾ ਕੋਈ ਆ ਗਏ ਜੇ ਕੰਮ ਕੁੰਮ ਕਰਾਉਣ, ਕੱਲ ਨੂੰ ਮੰਨ ਲਓ ਤੁਸੀਂ ਬਣ ਗਏ ਤਾਂ ਫਿਰ ਦੂਜੀ ਪਾਰਟੀ ਵਾਲੇ ਕੰਮ ਕੁੰਮ ਕਰਾਉਣ ਆਇਆ ਤੇ ਕਰਿਆ ਕਰੋ, ਕਿਆ ਕਰੋਗੇ ਯਾਰ, ਤੂੰ ਤਾਂ ਮੇਰੇ ਖਿਲਾਫ ਸੀ, ਵੋਟਾਂ ਨੀ ਪਾਈਆਂ ਸੀ? ਨਹੀਂ ਜੀ, ਇਹ ਸਾਡੀ ਪਾਰਟੀ ਹੈ ਨੀ ਜੀ, ਬਾਈ ਜੀ ਅੱਗੇ ਬਣੇ ਸਹਿਮਤੀ ਨਾਲ ਬਣੇ ਦੋ ਪਲਾਨ, ਐਤਕੀ ਮੈਨੂੰ ਠੱਲਿਆ ਜੀ, ਸਹਿਮਤੀ ਨਾਲ ਠੱਲਿਆ ਜੀ। ਅੱਛਾ, ਕੋਈ ਪਾਰਟੀ ਬਾਜੀ ਜਾਂ ਜਿਹੜੇ ਬਾਕੀ ਹੋਰ ਵੀ ਉਮੀਦਵਾਰ ਹੈ ਜਿਹੜੇ ਖੜੇ ਆ, ਕਿਸੇ ਪਾਰਟੀ ਵੱਲੋਂ ਕੋਈ ਸੰਬੰਧ ਨਹੀਂ? ਨਹੀਂ ਜੀ ਨਹੀਂ, ਮੈਂ ਮਿਸਤਰੀ ਦਾ ਕੰਮ ਕਰਦਾ ਸਾਰੇ ਪਿੰਡ ਚ ਕਰਦਾ ਜੀ, ਘਰ ਘਰ ਜਾਂਦਾ ਜੀ। ਹੁਣ ਬਾਈ ਜੀ ਨੇ ਐਤਕੀ ਥਾਪਣਾ ਦਿੱਤੀ ਹੈ, ਬਾਈ ਜੀ ਨੇ ਕਹਿੰਦੇ ਖੜਾ ਹੋ ਤੇ ਸਾਰੇ ਨਗਰ ਨੇ ਖੜਾ ਕੀਤਾ ਜੀ। ਅੱਛਾ, ਸਾਡੀ ਮੇਰੇ ਨਾਲ ਕੋਈ ਪਾਰਟੀ ਬਾਜੀ ਸਾਡੇ ਹੈ ਹੀ ਨੀ ਜੀ ਪਾਰਟੀ ਬਾਜੀ। ਲੋ ਜੀ, ਕਹਿੰਦੇ ਪਾਰਟੀ ਬਾਜੀ ਕੋਈ ਨੀ, ਸਾਰੇ ਸਾਂਝੇ ਆ, ਤਾਂ ਫਿਰ ਬਾਈ ਜੀ ਤੁਸੀਂ ਆਜੋ ਗਾਣੋ ਆਜੋ। ਅੱਛਾ ਬਾਈ ਜੀ, ਜਿਵੇਂ ਵੀਰ ਕਹਿੰਦਾ ਕਿ ਭਾਈ ਮੈਂ ਤਾਂ ਸਾਂਝਾ ਹੀ ਆ ਕਿਸੇ ਪਾਰਟੀ ਵੱਲੋਂ ਨੀਗਾ, ਤਾਂ ਕੀ ਕਈ ਪਿੰਡਾਂ ਦੇ ਵਿੱਚ ਦੇਖਿਆ ਕਿ ਪਾਰਟੀ ਬਾਜੀ ਵਾਲਾ ਮਸਲਾ ਬੜਾ ਫਸ ਜਾਂਦਾ, ਤਾਂ ਉਹਦਾ ਅਸਰ ਆ ਜਿਹੜਾ ਉਹ ਲੋਕਾਂ ਦੇ ਰਿਸ਼ਤਿਆਂ ਤੇ ਬੜਾ ਪੈਂਦਾ? ਨਹੀਂ ਜੀ, ਸਾਡੇ ਪਿੰਡ ਤਕਰੀਬਨ ਭਾਈਚਾਰਾ ਸਾਰਾ ਬੜਾ ਵਧੀਆ ਪਿਆਰ ਨਾਲ ਰਹਿੰਦੇ ਆ। ਕੁਝ ਕੁ ਲੋਕ ਤਾਂ ਹਰ ਜਗ੍ਹਾ ਮਿਲਣਗੇ ਜੀ ਤੁਹਾਨੂੰ, ਹਰ ਸੰਸਥਾ ਚ, ਹਰ ਪਿੰਡ ਚ, ਹਰ ਸ਼ਹਿਰ ਮੁਹੱਲੇ ਚ ਥੋੜੇ ਜਿਹੇ ਆ ਲੋਕ, ਤਕਰੀਬਨ ਬਾਕੀ ਸਾਰਾ ਪਿੰਡ ਵਧੀਆ, ਇੱਕ ਦੂਜੇ ਨਾਲ ਮੇਲ ਮਿਲਾਪ ਆ। ਤੇ ਇਲੈਕਸ਼ਨ ਦਾ ਤੇ ਹੁੰਦਾ, ਚਲੋ ਹਰ ਇੱਕ ਬੰਦੇ ਨੂੰ ਜਿਹੜੀ ਪਾਰਟੀ ਹੁੰਦੀ ਆ ਉਮੀਦ ਹੁੰਦੀ ਆ ਵੀ ਅਸੀਂ ਵੀ ਬਣੀਏ, ਲੇਕਿਨ ਸਾਡਾ ਬ੍ਰਦਰ ਛੋਟਾ ਮੰਗਲ ਸਿੰਘ ਤੇ ਉਹਨਾਂ ਦੀ ਬਦੌਲਤ ਕੀਤਾ ਹੋਇਆ ਉਹਨਾਂ ਨੇ ਖੜਾ। ਤਾਂ ਲਓ ਜੀ, ਸਰਪੰਚ ਤਾਂ ਕਿਉਂਕਿ ਸਾਂਝੇ ਹੁੰਦਾ ਬਾਪੂ ਜੀ, ਤੁਸੀਂ ਤਾਂ ਕਈ ਸਰਪੰਚ ਬਣਦੇ ਵੀ ਵੇਖ ਲਿਆਉਣੇ ਆ, ਲੈਂਦੇ ਵੀ ਵੇਖ ਲਿਆਉਣੇ ਆ, ਸਰਬਸੰਮਤੀ ਹੁੰਦੀ ਵੇਖ ਲਈ ਹੋਣੀ ਆ, ਵੋਟਾਂ ਵਾਲੀ ਖੜਕਦੀ ਵੀ ਵੇਖ ਲਈ ਹੋਣੀ ਆ, ਕੀ ਲੱਗਦਾ ਹੁਣ ਸਰਪੰਚੀ ਹੋਣੀ ਕਿਹੋ ਜਿਹੀ ਚਾਹੀਦੀ ਹੈ? ਨਹੀਂ, ਸਾਡੇ ਪਿੰਡ ਦਾ ਮਾਹੌਲ ਸ਼ੁਰੂ ਤੋਂ ਬੜਾ ਚੰਗਾ, ਸ਼ੁਰੂ ਚ ਬਹੁਤ ਚੰਗਾ, ਕੋਈ ਏਡਾ ਲੜਾਈ ਭੜਾਈ ਦਾ ਕੰਮ ਨਹੀਂ, ਲੋਕ ਇੱਕ ਦੂਜੇ ਨੂੰ ਬਹੁਤ ਚੰਗਾ ਚਾਹੁੰਦੇ ਆ। ਉਹ ਸਮਝਦੇ ਵੀ ਅਸੀਂ ਮਤਲਬ ਸਰਪੰਚੀ ਤੋਂ ਆਉਣਾ, ਪੰਜ ਸਾਲ ਅਸੀਂ ਫਿਰ ਮਗਰੋਂ ਇਕੱਠੇ ਜਾਣਾ, ਮੇਰਾ ਪੁੱਤਰ ਉੱਠਿਆ, ਕੋਈ ਏਡੀ ਲੜਾਈ ਪੜਾਈ ਸਾਡੇ ਪਿੰਡ ਚ ਕੋਈ ਗੱਲ ਨੀ। ਅੱਛਾ, ਤਾਂ ਲੜਾਈ ਪੜਾਈ ਤੋਂ ਕਹਿੰਦੇ ਬੱਚਤ ਹੈ, ਖੈਰ ਲੜਾਈ ਪੜਾਈ ਹੋਣੀ ਵੀ ਨੀ ਚਾਹੀਦੀ ਇਹਨਾਂ ਵੋਟਾਂ ਚ। ਬਾਈ ਜੀ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਗੁੱਗੂ ਗਿੱਲ ਹੋਰਾਂ ਦੇ ਨਾਮ ਨਾਲ ਪਿੰਡ ਨੂੰ ਵੱਡੀ ਪਹਿਚਾਣ ਮਿਲੀ ਆ, ਤੁਹਾਡਾ ਪਿੰਡ ਹਰ ਪਾਸੇ ਜਾਣਿਆ ਜਾਂਦਾ, ਤਾਂ ਫਿਰ ਉਹ ਨਾਂ ਨੂੰ ਬਚਾਉਣ ਦੇ ਲਈ ਪਿੰਡ ਚ ਚਾਹੇ ਵੋਟਾਂ ਕੋਈ ਵੀ ਹੋਣ, ਚਾਹੇ ਵੋਟਾਂ ਸਰਪੰਚੀ ਦੀਆਂ ਹੋਣ, ਤਾਂ ਕੀ ਸੁਨੇਹਾ ਕੀ ਦੇਣਾ ਚਾਹੋਗੇ ਤੁਹਾਡੇ ਪਿੰਡ ਆਇਆਂ ਨੂੰ ਵੀ ਤੇ ਹੋਰਾਂ ਨੂੰ ਵੀ ਕਿ ਭਾਈ ਆਪਸੀ ਸਾਂਝ, ਭਾਈਚਾਰਾ, ਪਿਆਰ ਬਚਾ ਕੇ ਕਿਵੇਂ ਰੱਖਣਾ? ਬਾਈ ਜੀ, ਸਭ ਤੋਂ ਵੱਡੀ ਗੱਲ ਤੇ ਆ, ਕੋਈ ਵੀ ਸਟਾਰ ਆ ਜੀ, ਕਿੱਡਾ ਵੀ ਕੋਈ ਵੱਡਾ ਜਾਂ ਕੋਈ ਕਿੱਡਾ ਵੱਡਾ ਲੀਡਰ ਆ, ਉਹਦੇ ਪਿੰਡ ਦੇ ਵਿੱਚ ਆਪਾਂ ਉਹਦੀ ਗੱਲ ਕਰਾਂਗੇ ਨਾ, ਕੋਈ ਵੀ ਮੰਨ ਲਓ ਸਟਾਰ ਆ, ਲੀਡਰ ਆ, ਉਹਦੇ ਵਿੱਚੋਂ ਤੁਹਾਨੂੰ ਕੁਛ ਪਰਸੈਂਟ ਬੰਦੇ ਉਹਨੂੰ ਨਿੰਦਣਗੇ ਨਿੰਦਣਗੇ, ਉਹਦੀ ਬੁਰਿਆਈ ਕਰਨਗੇ ਕਰਨਗੇ, ਪਰ ਸਾਡਾ ਪਿੰਡ ਬਾਈ ਜੀ ਮਾਣੀ ਖੇੜਾ ਕਿ ਇਹ ਜਾ, ਤੁਹਾਨੂੰ ਇੱਕ ਵੀ ਬੰਦਾ, ਇਹ ਮੈਂ ਤੁਹਾਨੂੰ ਇੱਕ ਲਿਖ ਕੇ ਦਿੰਦਾ, ਸਾਰੇ ਪਿੰਡ ਦਾ ਤੁਸੀਂ ਗੇੜਾ ਕੱਢ ਲਓ, ਇੱਕ ਵੀ ਬੰਦਾ ਗਿੱਲ ਸਾਹਿਬ ਨੂੰ ਕੋਈ ਗਲਤ ਕਹਿ ਜੇ
ਤੇ ਅਸੀਂ ਦੇਣਦਾਰ ਹਾਂ ਜੀ ਵੀ ਸਾਰੇ ਉਹਨਾਂ ਦਾ ਮਤਲਬ ਮਾਣ ਸਤਿਕਾਰ ਕਰੋ। ਉਹਨਾਂ ਨੇ ਕੰਮ ਹੀ ਸਹੀ ਕੀਤੇ ਜੀ, ਸੋਚ ਹੀ ਉਹਨਾਂ ਦੀ ਸਹੀ, ਉਹਨਾਂ ਦੇ ਪਰਿਵਾਰ ਦੀ ਸਹੀ ਸੋਚ ਆ। ਕੋਈ ਵੀ ਸਾਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੁੰਦਾ, ਬਾਹਰ ਦੇ ਬੰਦੇ ਪੁੱਛਦੇ ਆ ਕਈ ਤੁਹਾਡੇ ਵਰਗੇ ਪੱਤਰਕਾਰ ਭਰਾ ਕਿਵੇਂ ਵੀ ਆ, ਮਤਲਬ ਨੀ ਸਾਡੇ ਪਿੰਡ ਦਾ ਕੋਈ ਗਲਤ ਬੰਦਾ ਉਹਨਾਂ ਨੂੰ ਕਹਿ ਜੇ ਕੋਈ ਵੀ ਗਿੱਲ ਸਾਹਿਬ ਵੀ ਗਲਤ ਆ ਨੀ। ਹਰ ਵੋਟਾਂ ਚ ਕੀ ਸੀ ਦੇਣਾ ਚਾਹੋਗੇ ਕਿ ਪਿਆਰ ਭਾਈਚਾਰਾ ਬਚਿਆ ਰਹੇ, ਐਸੇ ਤਰੀਕੇ ਵੋਟਾਂ ਹੋਣ, ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਬਸ ਜੀ ਰਲ ਮਿਲ ਕੇ ਰਹੋ ਜੀ, ਤੇ ਸਾਨੂੰ ਤਾਂ ਬੜੀ ਖੁਸ਼ੀ ਇਸ ਗੱਲ ਦੀ ਵੀ ਆਪਾਂ ਨੂੰ ਇਹ ਜਿਹਾ ਪਰਿਵਾਰ ਮਿਲਿਆ ਜੀ, ਇਹ ਜੇ ਗਿੱਲ ਸਾਹਿਬ ਮਿਲੇ ਆ, ਤੇ ਲੋਕ ਸਾਡਾ ਮਤਲਬ ਵੀ ਵਧੀਆ ਜੀ, ਕੋਈ ਮਾਣ ਸਤਿਕਾਰ ਦਿੰਦੇ ਆ ਜੀ, ਤੇ ਸੁਨੇਹਾ ਸਾਡਾ ਇਹ ਹੈ ਜੀ ਆਪਦਾ ਸੁੱਖ ਸ਼ਾਂਤੀ ਨਾਲ ਰਹੋ ਜੀ। ਤੇ ਵੈਸੇ ਸਾਡਾ ਸੁਨੇਹਾ ਤਾਂ ਪਹਿਲੇ ਸਾਡੇ ਕੋਲ ਬਹੁਤ ਵਧੀਆ ਜੀ, ਸਾਨੂੰ ਪਤਾ ਸਾਡੇ ਲੋਕ ਇਹ ਜੇ ਹੈਣੇਗੇ ਜੀ ਵੀ ਜਿਹੜੇ ਕਿ ਮਤਲਬ ਕੋਈ ਲੜਾਈ ਪੜਾਈ ਵਾਲੇ ਜਾਂ ਕਿਸ ਤਰ੍ਹਾਂ, ਮੁੱਢੋ ਸੁਭਾਅ ਸਾਡਾ ਸਾਰਿਆਂ ਲਈ ਵਧੀਆ ਜੀ। ਤਾਂ ਸਰਪੰਚੀ ਦੀ ਸਿਆਸਤ ਦੀ ਭੇਂਟ ਤੁਹਾਡਾ ਭਾਈਚਾਰਾ ਜਾਂ ਆਪਸੀ ਪਿਆਰ ਨਾ ਚੜੇ, ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਇਹਨਾਂ ਦੀ ਹੈ, ਪਿੰਡ ਵਾਲਿਆਂ ਦੀ, ਤੇ ਇਹੀ ਕੋਸ਼ਿਸ਼ ਸਾਡੀ ਹੈ ਕਿ ਵੋਟਾਂ ਪੈਣੀਆਂ ਤੇ ਵੋਟਾਂ ਲੰਘ ਜਾਣੀਆਂ, ਕਿਸੇ ਇੱਕਣੇ ਸਰਪੰਚ ਬਣ ਵੀ ਜਾਣਾ, ਪਰ ਇਸ ਸਰਪੰਚੀ ਦੇ ਚੱਕਰ ਚ, ਇਸ ਪੰਚੀ ਦੇ ਚੱਕਰ ਚ ਆਪਸੀ ਰਿਸ਼ਤੇ, ਆਪਸੀ ਸੰਬੰਧ, ਆਪਸੀ ਪਿਆਰ ਭਾਈਚਾਰਾ ਖਰਾਬੜਾ ਹੋਣ ਦਿਓ। ਹਾਂ, ਸਰਪੰਚ ਆਪਣੀ ਮਰਜ਼ੀ ਨਾਲ ਚੁਣੋ, ਵੋਟ ਜ਼ਰੂਰ ਪਾ ਕੇ ਆਓ, ਜਿਹਨੂੰ ਜੀ ਕਰਦਾ ਸਰਪੰਚ ਚੁਣੋ, ਜਿਹਨੂੰ ਕੱਲ ਨੂੰ ਹਲੂਣਾ ਲਾ ਸਕੋ ਵੀ ਭਾਈ ਸਰਪੰਚ ਸਾਹਿਬ ਪਿੰਡ ਦੇ ਕੰਮ ਕਰਨ ਤੁਹਾਡੀ ਜ਼ਿੰਮੇਵਾਰੀ ਹੈ, ਸਾਂਝਾ ਜਿਹਾ ਬੰਦਾ ਚੁਣਿਆ ਜਾਵੇ ਤਾਂ ਸ਼ਾਇਦ ਪਿੰਡ ਦੇ ਸਾਰੇ ਸਾਂਝੇ ਕੰਮ ਵਧੀਆ ਹੀ ਹੋਣਗੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਪਿੰਡ ਮਾਣੀਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।